ਅਲ ਕਾਇਦਾ ਦਾ ਅਲ ਜਵਾਹਰੀ, ਤੁਹਾਨੂੰ ਪਤਾ ਹੈ ਕਿਹੜੀ ਬਹੁਤ ਵੱਡੀ ਜਿਹੜੀ ਟੈਰਿਸਟ ਆਰਗੇਨਾਈਜੇਸ਼ਨ ਕਹੀ ਜਾਂਦੀ ਹੈ ਅਲ ਕਾਇਦਾ, ਜਿਸਦਾ ਮੁਖੀ ਕਿਸੇ ਟਾਈਮ ਬਿਨ ਲਾਦਨ ਹੁੰਦਾ ਸੀ ਤੇ ਉਹਦਾ ਨੰਬਰ 2 ਹੁੰਦਾ ਸੀ ਅਲ ਜਵਾਹਰੀ, ਤੇ 9-11 ਵੇਲੇ ਇਹ ਉਹਦਾ ਨੰਬਰ 2 ਹੁੰਦਾ ਸੀ, ਸੈਕਿੰਡ ਇਨ ਕਮਾਂਡ। ਤੇ ਪਹਿਲਾਂ ਅਮਰੀਕਾ ਨੇ ਮਾਰਿਆ 11 ਸਾਲ ਪਹਿਲਾਂ ਬਿਨ ਲਾਦਨ ਨੂੰ, ਜਿਹੜਾ 9-11 ਲਈ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਤੇ ਹੁਣ ਅੱਜ ਸਵੇਰੇ ਜਿਹੜੀ ਹੈ ਕਾਬਲ ਦੇ ਵਿੱਚ, ਅਫਗਾਨਿਸਤਾਨ ਦੇ ਕਾਬਲ ਦੇ ਵਿੱਚ ਇੱਕ ਘਰ ਦੇ ਵਿੱਚ ਬਾਲਕੋਨੀ ਦੇ ਵਿੱਚ ਖੜਾ ਸੀ ਅਲ ਜੋਹਰੀ, ਤੇ ਉੱਥੇ ਉਸਨੂੰ ਏਅਰ ਸਟ੍ਰਾਈਕ ਨਾਲ ਮਾਰ ਦਿੱਤਾ। ਇਹ ਗੱਲ ਜੋ ਬਾਇਡਨ ਨੇ ਆਪਣੇ ਮੂੰਹੋਂ ਦੱਸੀ ਹੈ ਕਿ ਅਸੀਂ ਖਾਤਮਾ ਕਰ ਦਿੱਤਾ ਹੈ ਅਲ ਕਾਇਦਾ ਦੇ, ਜਿਹੜਾ ਮੌਜੂਦਾ ਮੁਖੀ ਹੈ ਅਲ ਜੋਹਰੀ ਉਸਦਾ। ਤੇ ਇਹ ਵੀ ਕਮਾਲ ਹੈ ਕਿ ਨਿਸ਼ਾਨਾ ਬਿਲਕੁਲ ਟਿਕਾਣੇ ਤੇ ਲੱਗਿਆ ਤੇ ਉਦੋਂ ਇਸਨੂੰ ਮਾਰਿਆ, ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਇਹ ਟੈਕਨੋਲੋਜੀ ਦੀ ਗੱਲ ਹੈ। ਪਹਿਲਾਂ ਆਪਾਂ ਜਦੋਂ ਅਲ ਜਵਾਰੀ ਜਦੋਂ ਬਿਨ ਲਾਦਨ ਮਾਰਿਆ ਸੀ ਉਦੋਂ ਵੀ ਦੁਨੀਆ ਨੇ ਲਾਈਵ ਦੇਖਿਆ ਸੀ ਜਿਸ ਤਰੀਕੇ ਨਾਲ ਉਸ ਵੇਲੇ ਸਟ੍ਰਾਈਕ ਕੀਤਾ ਸੀ ਪਾਕਿਸਤਾਨ ਦੇ ਵਿੱਚ, ਤੇ ਹੁਣ ਵੀ ਅਪ੍ਰੈਲ ਤੋਂ ਇਹਨਾਂ ਨੂੰ ਪਤਾ ਸੀ ਕਿ ਇਹ ਅਫਗਾਨਿਸਤਾਨ ਦੇ ਵਿੱਚ ਹੈ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਮਰੀਕਾ ਦੀਆਂ ਏਜੰਸੀ ਇਸਦਾ ਪਿੱਛਾ ਕਰ ਰਹੀਆਂ ਸੀ, ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਮੌਕਾ ਹੈ ਅੱਜ ਇਸ ਨੂੰ ਮਾਰਿਆ ਜਾ ਸਕਦਾ ਹੈ, ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ, ਤਾਂ ਇਸ ਨੂੰ ਮਾਰ ਦਿੱਤਾ ਗਿਆ। ਤੋਂ ਜਿਹੜਾ ਹੈ ਅਲ ਕਾਇਦਾ ਦਾ ਅਲ ਜਵਾਹਰੀ ਖਤਮ ਹੋ ਗਿਆ। ਇਹ ਅਮਰੀਕਾ ਲਈ ਤੇ ਦੁਨੀਆ ਲਈ ਵੀ ਇਹ ਇੱਕ ਵੱਡੀ ਖਬਰ ਹੈ।